ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ। ਅਸੀਂ ਲੱਭਦੇ ਵੀ ਰਹੇ, ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਚ ਪੈਰਵਾਈ ਤਾਂ ਕੀਤੀ ਆ ਸ਼ੱਕ ਦੇ। ਅਸੀਂ ਸਾਡੀ ਸਾਰੀ ਗਲੀ ਸੀ, ਇਹਦੀ ਸੱਸ ਵੀ ਸਹੁਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ, ਹਾਂਜੀ ਤਿੰਨੇ ਜਣੇ ਸੀ। ਕੀ ਹੈ ਕੀ ਕਾਰਨ ਕੀ ਸੀਗਾ ਸਾਨੂੰ ਪਤਾ ਨਹੀਂ। ਕਹੀ ਜਾਂਦੇ ਸੀ ਆਖੇ ਬਾਲਣ ਨੂੰ ਜਾਂਦੀ ਸੀ, ਉੱਥੋਂ ਲੈ ਕੇ ਆਇਆ ਇਹਦਾ ਸਹੁਰਾ ਫੜ ਕੇ ਵੀ ਆ ਜਾ ਨਹੀਂ ਬਾਲਣ ਲਿਆਉਣਾ ਤੇ ਜਦੋਂ ਅੰਦਰ ਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਿਆ। ਇਹ ਸਾਨੂੰ ਤੇ ਇੰਨਾ ਹੀ ਪਤਾ ਆ ਤੇ ਇਹਨੂੰ ਕੁੱਟਦੇ ਮਾਰਦੇ ਤੇ ਪਹਿਲਾਂ ਵੀ ਸੀਗੇ, ਹਾਂਜੀ। ਤੇ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਵੇਖਿਆ ਆ, ਅੱਗੇ ਤੇ ਚਲੋ ਇਕੱਲਾ ਘਰ ਵਾਲਾ ਹੀ ਮਾਰਦਾ ਸੀ ਤੇ ਕੱਲ ਇਹਦੇ ਸਹੁਰੇ ਨੇ ਵੀ ਮਾਰਿਆ ਤੇ ਮਾਰ ਕੇ ਅੰਦਰ, ਹਾਂਜੀ ਡਰੰਮ ਵਿੱਚ ਪਾਤੀ, ਹਾਂਜੀ। ਬਸ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਹਣਾ, ਆਹ ਗੱਲ ਕਹਿੰਦੇ ਸੀ। ਅਸੀਂ ਤੇ ਇਹੀ ਸੁਣਦੇ ਸਾਂਗੇ ਤੇ ਬਾਕੀ ਚਲੋ ਜਿੰਨਾ ਕੁ ਅਸੀਂ ਸੁਣਿਆ ਉਨਾ ਕੁ ਤੁਹਾਨੂੰ ਅਸੀਂ ਦੱਸਤਾ। ਮੇਰਾ ਨਾਮ ਸਲਵਿੰਦਰ ਕੌਰ। ਤੁਹਾਡੀ ਬੇਟੀ ਸੀ? ਹਾਂਜੀ। ਕੀ ਨਾਂ ਕੀ ਸੀ? ਹਾਂ ਕੀ ਨਾਂ ਕੀ ਉਹਨਾਂ ਦਾ? ਕਰਨਦੀਪ ਜੀ। ਕੀ ਹੋਇਆ ਕੀ ਸੀ? ਪਤਾ ਨਹੀਂ, ਇੱਥੇ ਬਸ ਮੈਂ ਤੇ ਆ ਗਈ, ਇੱਥੇ ਆ ਗਈ ਮੈਂ ਤੇ ਰੋਂਦੇ ਖਾਂਦੇ। ਕੀ ਕੋਈ ਪਹਿਲਾਂ ਲੜਾਈ ਲੜੂ ਰਹਿੰਦੀ ਸੀ? ਕੀ ਸੀਗਾ? ਬਸ ਆਹ ਹੀ ਸੀ, ਮੇਰੇ ਕੋਲ ਤਾਂ ਜਦੋਂ ਜਾਂਦੀ ਉਦੋਂ ਰੋਂਦੀ ਜਾਂਦੀ ਵੀ ਰੋਟੀ ਨਹੀਂ ਦਿੰਦੇ, ਵੀ ਚਾਹ ਨਹੀਂ ਦਿੰਦੇ, ਮੈਂ ਕੀ ਕਰਾਂ। ਕਿੰਨਾ ਟਾਈਮ ਹੋ ਗਿਆ ਵਿਆਹ ਕਿਤੇ? ਹੈ ਵਿਆਹ ਕਿਤੇ ਨੂੰ ਕਿੰਨਾ ਟਾਈਮ ਹੋ ਗਿਆ? 3 ਸਾਲ ਹੋ ਗਏ। ਹਾਂ 3 ਸਾਲ ਹੋ ਗਏ।